ਹਰੇਕ ਸਾਲ ਦੀ ਤਰ੍ਹਾਂ ਇਹਨਾਂ ਤਰੀਕਾਂ ਵਿੱਚ ਮਨਾਏ ਜਾਣ ਵਾਲੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਮਨਾਏ ਜਾਣ ਵਾਲੇ 55ਵੇਂ ਸੰਤ ਸਮਾਗਮ ਦੀ ਸਮਾਪਤੀ ਬਰਨਾਲਾ ਦੇ ਪ੍ਰਸਿੱਧ ਕਸਬਾ ਮਹਿਲ ਕਲਾ ਵਿਖੇ ਨਾਨਕਸਰ ਸੰਪਰਦਾਇ ਦੀ 13ਵੀਂ ਠਾਠ ਨਾਨਕਸਰ ਠਾਠ ਮਹਿਲ ਕਲਾ ਵਿਖੇ ਠਾਠ ਦੇ ਮੌਜੂਦਾ ਮੁਖੀ ਸੰਤ ਬਾਬਾ ਕੇਰ ਸਿੰਘ ਜੀ ਦੀ ਦੇਖ ਰੇਖ ਵਿੱਚ ਕੀਤੀ ਗਈ। ਹਰ ਸਾਲ 70 ਰੋਜ਼ਾ ਮਨਾਏ ਜਾਣ ਵਾਲੇ ਇਸ ਸੰਤ ਸਮਾਗਮ ਦੇ ਵਿੱਚ ਦੇਸ਼ ਭਰ ਤੋਂ ਸੰਤ ਮਹਾਂਪੁਰਸ਼ ਰਾਗੀ ਢਾਡੀ ਅਤੇ ਪ੍ਰਸਿੱਧ ਕੀਰਤਨੀ ਜਥੇ ਆਪਣੀ ਆਪਣੀ ਹਾਜ਼ਰੀ ਭਰ ਲਈ ਆਉਂਦੇ ਰਹੇ। ਅਤੇ ਪੂਰੇ ਦੇਸ਼ ਭਰ ਤੋਂ ਇਹ ਸੰਗਤ ਨੇ ਪੁੱਛ ਕੇ ਗੁਰੂ ਕੀ ਬਾਣੀ ਦਾ ਜਸ ਪ੍ਰਾਪਤ ਕੀਤਾ ਅਤੇ ਇਸ ਦੇ ਆਪਣੀਆਂ ਆਪਣੀਆਂ ਸੇਵਾਵਾਂ ਦੇ ਵਿੱਚ ਯੋਗਦਾਨ ਵੀ ਪਾਇਆ। ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨ ਦੇ ਹੁਕਮਾਂ ਨੂੰ ਸਿਰ ਮੱਥੇ ਮੰਨਦਿਆਂ ਪਹਿਲਾਂ ਨਾਲੋਂ ਘੱਟ ਇਕੱਠ ਸੋਸ਼ਲ ਡਿਸਟੈਂਸ ਅਤੇ ਸੈਨੇਟਾਈਜ਼ਰ ਵਗੈਰਾ ਦਾ ਵਿਸ਼ੇਸ਼ ਧਿਆਨ ਵੀ ਰੱਖਿਆ ਗਿਆ। ਸਮਾਪਤੀ ਦਿਨ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਦੀਵਾਨ ਸਜਾਏ ਗਏ। ਦੇਸ਼ ਭਰ ਤੋਂ ਆਏ ਸੰਤ ਮਹਾਂਪੁਰਸ਼ਾਂ ਅਤੇ ਹੋਰ ਸੇਵਾਵਾਂ ਨਿਭਾਉਣ ਵਾਲੇ ਸਹਿਯੋਗੀਆਂ ਵੱਲੋਂ ਆਈ ਹੋਈਆਂ ਸੰਗਤਾਂ ਨੂੰ ਸਿਮਰਨ ਜਸ ਕਰਵਾਇਆ ਗਿਆ। ਇਸ ਮੌਕੇ ਠਾਠ ਦੇ ਮੁਖੀ ਸੰਤ ਬਾਬਾ ਕੇਰ ਸਿੰਘ ਜੀ, ਠਾਠ ਮਹਿਲ ਕਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ, ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਹੰਤ ਦੁਆਰਾ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਦੂਰ ਦੁਰਾਡੇ ਆਏ ਹੋਏ ਸੰਤ ਮਹਾਂਪੁਰਸ਼ ਅਤੇ ਸੰਗਤਾਂ ਦਾ ਉਹਨਾਂ ਧੰਨਵਾਦ ਵੀ ਕੀਤਾ ਤੇ ਉਹਨਾਂ ਜੀ ਆਇਆ ਆਖਿਆ। ਇਹਨਾਂ ਨੇ ਇਸ ਸਥਾਨ ਤੇ ਆਪਣੇ ਮੁਬਾਰਕ ਚਰਨ ਪਾਏ। ਉਸ ਮੁੱਖ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 55ਵਾਂ ਸਾਲਾਨਾ ਜੋੜ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜੋ ਕਿ 10 ਸਤੰਬਰ ਤੋਂ 5 ਸ੍ਰੀ ਸੰਪਟ ਅਖੰਡ ਪਾਠ ਨਾਲ ਸ਼੍ਰੀ ਸੁਖਮਨੀ ਸਾਹਿਬ ਦੇ ਅਖੰਡ ਪਾਠ, ਇੱਕ ਜਪਜੀ ਸਾਹਿਬ ਦੇ ਅਖੰਡ ਪਾਠ ਪ੍ਰਾਰੰਭ ਹੋਏ ਸੀ। ਅੱਜ ਦੇ ਦਿਨ 16 ਤਰੀਕ ਨੂੰ ਉਹਨਾਂ ਦੇ ਭੋਗ ਪਾਏ ਗਏ। ਸਰਬੱਤ ਸੰਗਤਾਂ ਨੇ ਰਲ ਮਿਲ ਕੇ ਬੜੇ ਪਿਆਰ ਉਦਮ ਸਤਿਕਾਰ ਸੇਵਾ ਸਿਮਰਨ ਕਰਕੇ ਇਹਦੇ ਵਿੱਚ ਹਾਜ਼ਰੀਆਂ ਭਰੀਆਂ, ਦੂਰ ਨੇੜਿਓਂ ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਸ਼ਾਂ ਨੇ ਆ ਕਰਕੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਨਾਨਕਸਰ ਵੱਲੋਂ ਨਾਨਕਸਰ ਮੁਖੀ ਸੰਤ ਬਾਬਾ ਘਾਲਾ ਸਿੰਘ ਜੀ, ਸੰਤ ਬਾਬਾ ਲੱਖਾ ਸਿੰਘ ਜੀ, ਇਹਨਾਂ ਦੇ ਸੇਵਾਦਾਰ, ਇਹਨਾਂ ਦੇ ਜਥਿਆਂ ਨੇ ਵੀ ਹਾਜ਼ਰੀਆਂ ਭਰੀਆਂ। ਹੋਰ ਨਿਰਮਲ ਸੰਪਰਦਾਵਾਂ ਨੇ ਵੀ ਆ ਕਰਕੇ ਹਾਜ਼ਰੀਆਂ ਭਰੀਆਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਰਨਾਲੇ ਤੋਂ ਲਕਸ਼ਦੀਪ ਗਿੱਲ ਦੀ ਰਿਪੋਰਟ, ਟੀਵੀ ਪੰਜਾਬ 24।